सजदे में जिसने सजदे दिया। जामे शहादत जिसने पिया, जामे शहादत जिसने पिया, बंजर जमीन को मौला दिया, कुर्बान अपने घर को दिया, ठोकर में जिनके लालो जौहर, देखा ना दुनिया में ऐसा गौहर, देखा ना दुनिया में ऐसा गौहर, जिसके चमकने से नूर आ गया, जो बन के जलवाए तूरा गया, जो बन के जलवाए तूरा गया। है कौन ऐसा महाबली, है कौन ऐसा महाबली, नाना मोहम्मद है बाबा अली हुसैन इब्ने अली, इब्ने अली हुसैन। सलाम दुआ प्यार भरी सत श्री अकाल दोस्तों, अज असी पहुंचे हैं जिला मोगा दे पिंड मसीतां विच। यह जो बिल्डिंग तुसी पिछे शानदार मसीत दे रूप विच देख रहे हो, किसी टाइम यह खंडर का रूप हुंदी सी। यह सारी बिल्डिंग का निर्माण किस तरह होया, यह सोहनी देखे नूं किसने दिती, यह कौन शख्सियत है जो इहदी सेवा संभाल कर रहे हैं, आओ अज आपां उहनां नाल गलबात करांगे, उहनां दे नाल तुहानूं मिलावांगे, यह सांझ पावांगे। तो पहला तुहानू उस बिल्डिंग दे उस मसीत दे उस रब दे घर दे पहला तुहानू एक बार दर्शन कराने, फिर उस तो बाद उस शख्सियत नाल मिलते हैं जो सारा ये नेक उपराला कर रहे हैं। तो आओ पहला आपां उस सुंदर बिल्डिंग दे दर्शन करते हैं जी। रिसालत की शम्मा का परवाना है, रिसालत की शम्मा का परवाना है, जहाँ जिसकी अजमत का दीवाना है, जहाँ जिसकी अजमत का दीवाना है, जो खत में रसूल के लिए नूरे ऐन, जो खत में रसूल के लिए नूरे ऐन, हुसैन 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 या 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 हुसैन। दोस्तों असी बैठे हाँ उन्हां मौली साहब नाल जो ये सारा मसीत का प्रबंध देख रेख कर रहे हैं, तो आओ आप उन्होंने गलबात करते हैं जो ये खंडर रूपी किसी टाइम मसीत सी उहदा इन्होंने किवें निर्माण किया, किवें सेवा संभाल की, कदों तो यह शुरू किया, तो सारी गलबात जानने लिए आओ आप उन्होंने गलबात करते हैं। सत श्री अकाल वीर जी। सत श्री अकाल जी। वीर जी सब तो पहला तो सानू तुसीं अपना नाम दस्सो जी। मेरा नाम है जी मौलाना हुसैन अहमद। ठीक है जी। तो वीर जी ये असी बचपन में वेख्या सीगा जिहड़ा मतलब मसीत है हुण बहुत शानदार बनी है, किसी टाइम ये खंडर का रूप सीगा। बिल्कुल जी।
ਤੇ ਇਹ ਕਦੋਂ ਤੋਂ ਤੁਸੀਂ ਆ ਕੇ ਇਹਦੀ ਸੇਵਾ ਸੰਭਾਲ ਦਾ ਜ਼ਿੰਮਾ ਲਿਆ ਅਤੇ ਕਿਵੇਂ ਤੁਹਾਡੇ ਮਨ ਦੇ ਵਿੱਚ ਮਤਲਬ ਇਹ ਚੀਜ਼ ਗੱਲਬਾਤ ਆਈ ਵੀ ਇਹਨੂੰ ਇਸ ਤਰ੍ਹਾਂ ਇਹਦਾ ਸੁਧਾਰ ਕੀਤਾ ਜਾਣਾ ਚਾਹੀਦਾ ਹੈ, ਥੋੜ੍ਹਾ ਜਿਹਾ ਸਾਨੂੰ ਉਹਦੇ ਬਾਰੇ ਦੱਸੋ। ਅਸੀਂ ਇੱਥੋਂ ਆਉਣ ਤੋਂ ਪਹਿਲੇ ਜ਼ੀਰੇ ਮਸਜਿਦ ਵਿੱਚ ਰਹਿੰਦੇ ਸੀਗੇ ਜੀ। ਇੱਥੋਂ ਘੱਟੋ ਘੱਟ 18-20 ਕਿਲੋਮੀਟਰ ਹੈਗਾ ਹੈ। ਉੱਥੇ ਅਸੀਂ ਨਮਾਜ਼ ਪੜ੍ਹਾਉਂਦੇ ਹੁੰਦੇ ਸੀ ਮਸਜਿਦ ਵਿੱਚ, ਅਤੇ ਉੱਥੇ ਨਾ ਪੰਜਾਬ ਵਕਫ ਬੋਰਡ ਦੇ ਕੁਛ ਮੁਲਾਜ਼ਮ ਨਮਾਜ਼ ਪੜ੍ਹਨ ਆਉਂਦੇ ਹੁੰਦੇ ਸੀਗੇ, ਅਤੇ ਉਹਨਾਂ ਨੇ ਦੱਸਿਆ ਵੀ ਕਿ ਇੱਕ ਮਸਜਿਦ ਆਪਣੇ ਪਿੰਡ ਮਸੀਤਾਂ ਵਿੱਚ ਵੀਰਾਨ ਪਈ ਹੈ ਜੀ, ਜੋ ਕਿ 1947 ਅਤੇ ਵਾਰਦਾਤ ਤੋਂ ਬਾਅਦ ਉਮੰਜ ਰਹਿ ਗਿਆ, ਬੇਆਬਾਦ ਰਹਿ ਗਿਆ। ਅਤੇ ਉੱਥੇ ਕੋਈ ਹਜੇ ਵੀ ਸਾਂਭ ਸੰਭਾਲ ਵਾਸਤੇ ਮੌਲਵੀ ਜਾਂ ਕੋਈ ਇਮਾਮ ਨਹੀਂ ਰੱਖਿਆ ਗਿਆ ਹੈ, ਜਿਹੜਾ ਕਿ ਮਸਜਿਦ ਦੀ ਪੰਜ ਵਕਤਾ ਨਮਾਜ਼ ਲਈ ਜਾਂ ਉਹਦੀ ਸਾਂਭ ਸੰਭਾਲ ਜਾਂ ਸਾਫ਼ ਸਫਾਈ ਵਾਸਤੇ ਬੰਦਾ ਰੱਖਿਆ ਜਾਵੇ। ਅਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਮੌਲਵੀ ਸਾਹਿਬ ਤੁਹਾਡੇ ਅੰਦਰ ਇੰਨੀ ਟੈਲੈਂਟ ਹੈਗਾ ਹੈ ਕਿ ਤੁਸੀਂ ਉੱਥੇ ਜਾ ਕੇ ਮਸਜਿਦ ਦੀ ਸਾਂਭ ਸੰਭਾਲ ਕਰ ਸਕਦੇ ਹੋ, ਅਤੇ ਜਿਹੜੇ ਆ ਮਦਰਸਾ ਚਲਾ ਰਹੇ ਹੋ ਜਿਹਦੇ ਵਿੱਚ ਤੁਸੀਂ ਗਰੀਬ ਬੱਚਿਆਂ ਨੂੰ ਲਿਆ ਕੇ ਪੜ੍ਹਾਉਂਦੇ ਹੋ, ਇਹਨਾਂ ਦੀ ਖਾਣ ਪੀਣ ਦਾ ਰਹਿਣ ਸਹਿਣ ਦਾ ਪ੍ਰਬੰਧ ਕਰਦੇ ਹੋ, ਇਹਦੇ ਹਿਸਾਬ ਨਾਲ ਮੈਨੂੰ ਲੱਗਦਾ ਵੀ ਤੁਸੀਂ ਉੱਥੇ ਸਾਂਭ ਸੰਭਾਲ ਕਰ ਸਕਦੇ ਹੋ। ਅਤੇ ਅਸੀਂ ਫਿਰ ਆਪਣੇ ਅਤੇ ਮਨ 'ਚ ਸੋਚਿਆ ਕਿ ਇੱਥੇ ਤਾਂ ਚਲੋ ਆਬਾਦ ਹੈਗਾ ਹੀ ਹੈ, ਅਤੇ ਜਿਹੜੀ ਚੀਜ਼ ਆਬਾਦ ਨਹੀਂ ਹੈ ਉਹਨੂੰ ਆਬਾਦ ਕਰਾ ਕੇ ਉੱਥੇ ਜੇ ਸਾਂਭ ਸੰਭਾਲ ਕਰੀਏ ਤਾਂ ਇਹ ਮੇਰੇ ਮਨ ਨੂੰ ਸ਼ਾਂਤੀ ਪਹੁੰਚੂਗਾ। ਅਤੇ ਇਸੇ ਵਿਚਾਰ ਸੋਚ ਦੇ ਵਿੱਚ ਦਿਲ ਵਿੱਚ ਰੱਖਦੇ ਹੋਏ ਮੈਂ 2010 ਵਿੱਚ ਪਿੰਡ ਮਸੀਤਾ 'ਚ ਆਇਆ ਪਹਿਲੀ ਦਫਾ। ਜਦੋਂ ਮੈਂ ਪਹਿਲੀ ਵਾਰ ਪਿੰਡ ਮਸੀਤਾ 'ਚ ਆਇਆ ਅਤੇ ਇਹ ਪੂਰਾ ਏਰੀਆ ਜਿਹੜਾ ਹੈਗਾ ਸੀਗਾ ਬਿਲਕੁਲ ਉਜਾੜ ਸੀ, ਜੰਗਲ ਭਰਿਆ ਹੋਇਆ ਸੀਗਾ, ਇਹਦੇ ਵਿੱਚ ਬੜੇ ਬੜੇ ਪੌਦੇ ਹੈਗੇ ਸੀਗੇ, ਜੰਗਲ ਸੀ, ਬਿਲਕੁਲ ਭਿਆਨਕ ਜਗ੍ਹਾ ਸੀਗਾ, ਖੰਡਰ ਪਿਆ ਹੋਇਆ ਸੀਗਾ। ਅਤੇ ਜਦੋਂ ਮੈਂ ਆਇਆ ਤਾਂ ਕੁਛ ਬੱਚੇ ਮੇਰੇ ਨਾਲ ਆਏ, ਜਿਵੇਂ ਕਿ 25-30 ਬੱਚੇ ਮੇਰੇ ਨਾਲ ਆਏ ਸੀਗੇ, ਜਿਹੜੇ ਮਦਰਸੇ 'ਚ ਇਦਾਰੇ 'ਚ ਮੇਰੇ ਪੜ੍ਹਦੇ ਹੁੰਦੇ ਸੀਗੇ ਉਹ, ਅਤੇ ਕੁਛ ਸਟਾਫ ਮੇਰੇ ਨਾਲ ਸੀਗਾ ਜਿਹੜੇ ਬੱਚਿਆਂ ਨੂੰ ਪੜ੍ਹਾਉਂਦੇ ਹੁੰਦੇ ਸੀ। ਅਤੇ ਅਸੀਂ ਆ ਕੇ ਪਹਿਲੇ ਦਿਨ ਇੱਥੇ ਸਾਫ਼ ਸਫਾਈ ਕਰਕੇ ਮਸਜਿਦ ਵਿੱਚ ਅਤੇ ਪਹਿਲੀ ਵਾਰ ਨਮਾਜ਼ ਅਦਾ ਕੀਤੀ। ਜਦੋਂ ਪਹਿਲੀ ਵਾਰ ਨਮਾਜ਼ ਅਦਾ ਕੀਤੀ ਸਾਡੇ ਅੱਖੋਂ ਆਂਸੂ ਨਿਕਲ ਆਇਆ ਕਿ 70-80 ਸਾਲ 50-60 ਸਾਲ ਬਾਅਦ ਪਹਿਲੀ ਵਾਰ ਇੱਥੇ ਰੱਬ ਰੱਬ ਹੋਇਆ, ਅਤੇ ਦਿਲ ਨੂੰ ਸਕੂਨ ਵੀ ਆਇਆ ਅਤੇ ਬੜਾ ਮਨ ਨੂੰ ਸ਼ਾਂਤੀ ਪਹੁੰਚਿਆ। ਫਿਰ ਮੈਂ ਆਪਣੇ ਆਪ ਨੂੰ ਇੱਕ ਭਾਗਸ਼ਾਲੀ ਬਹੁਤ ਹੀ ਕਿਸਮਤ ਵਾਲਾ ਸਮਝਦਾ ਰਿਹਾ ਇਸ ਗੱਲ ਨੂੰ ਕਿ ਵੀ ਮੈਨੂੰ ਆ ਖਿਦਮਤ ਕਰਨ ਦਾ ਜਾਂ ਇਸ ਮਸਜਿਦ ਦੀ ਸਾਂਭ ਸੰਭਾਲ ਲਈ ਮੈਨੂੰ ਇੱਥੇ ਪਹੁੰਚਾਇਆ ਰੱਬ ਨੇ, ਮੈਂ ਬਹੁਤ ਖੁਸ਼ ਹੋਇਆ ਇਸ ਗੱਲੋਂ। ਫਿਰ ਅਸੀਂ ਧੀਰੇ ਧੀਰੇ ਬੱਚਿਆਂ ਨੂੰ ਇੱਥੇ ਪੜ੍ਹਾਉਣਾ ਸ਼ੁਰੂ ਕੀਤਾ, ਅਤੇ ਇੱਥੇ ਬੱਚਿਆਂ ਨੂੰ ਉਦੋਂ ਦਿੱਕਤ ਬਹੁਤ ਸੀਗਾ, ਪਰੇਸ਼ਾਨੀਆਂ ਵੀ ਬਹੁਤ ਸੀ, ਕਿਉਂਕਿ ਇੱਥੇ ਪਾਣੀ ਦਾ ਪ੍ਰਬੰਧ ਨਹੀਂ ਸੀ, ਰਹਿਣ ਸਹਿਣ ਦਾ ਪ੍ਰਬੰਧ ਨਹੀਂ ਸੀਗਾ। ਅਤੇ ਅਸੀਂ ਉਂਝ ਪੱਲੀ ਡਾਲ ਕੇ ਤਿਰਪਾਲ ਪਾ ਕੇ ਅਤੇ 3-4 ਸਾਲ ਇੱਥੇ ਗੁਜ਼ਾਰਾ ਕੀਤਾ, ਇਸ ਮਸਜਿਦ ਦੀ ਦੇਖ ਸਾਂਭ ਸੰਭਾਲ ਕੀਤੀ ਅਤੇ ਨਾਲੇ ਸਾਫ਼ ਸਫਾਈ ਕੀਤਾ। ਅਤੇ ਕੁਝ ਪਿੰਡ ਵਾਲੇ ਨੇ ਵੀ ਮੇਰੇ ਜਿਹੜੇ ਸਹੀ ਸਾਥੀ ਜਿਨ੍ਹਾਂ ਨੇ ਯੋਗਦਾਨ ਦਿੱਤਾ ਮੇਰੇ ਨਾਲ ਖੜਿਆ ਹੈ, ਮੈਂ ਉਹਨਾਂ ਦਾ ਵੀ ਅਹਿਸਾਨ ਨਹੀਂ ਭੁਲਾ ਸਕਦਾ, ਜਿਵੇਂ ਕਿ ਇਹਨਾਂ ਦਾ ਪਰਿਵਾਰ ਸੀਗਾ। ਹਾਂ, ਪੁੱਛਣਾ ਹੀ ਸੀ ਵੀ ਪਿੰਡ ਵੱਲੋਂ ਤੁਹਾਨੂੰ ਜਦੋਂ ਤੁਸੀਂ ਆਏ, ਕਿਉਂਕਿ ਜਦੋਂ ਆਪਾਂ ਕਿਤੋਂ ਪ੍ਰਵਾਸ ਕਰਦੇ ਹਾਂ ਜਾਂ ਨਵੇਂ ਜਗ੍ਹਾ ਆ ਕੇ ਬੈਠਦੇ ਹਾਂ, ਬੜੀ ਦਿੱਕਤ ਆਉਂਦੀ ਹੈ ਤੇ ਬੜੀਆਂ ਮੁਸ਼ਕਲਾਂ ਆਉਂਦੀਆਂ ਨੇ, ਤੇ ਪਿੰਡ ਵੱਲੋਂ ਤੁਹਾਨੂੰ ਕਿੰਨਾ ਕੁ ਸਾਥ ਮਿਲਿਆ? ਪਿੰਡ ਵੱਲੋਂ ਜੀ ਇਸ ਤਰ੍ਹਾਂ ਹੈਗਾ ਕਿ ਕੁਝ ਘਰ ਹੈਗੇ ਆ ਜਿਨ੍ਹਾਂ ਨੇ ਫਸਟ ਟਾਈਮ 'ਤੇ ਸਾਨੂੰ ਪਾਣੀ ਦਾ ਵੀ ਪ੍ਰਬੰਧ ਕਰਾਇਆ ਜੀ, ਅਤੇ ਕਿਸੇ ਟਾਈਮ ਸਾਡੇ ਕੋਲ ਰੋਟੀ ਖਾਣ ਦਾ ਨਹੀਂ ਹੁੰਦਾ ਸੀ ਜੀ, ਅਤੇ ਉਹ ਵੀ ਮੈਨੂੰ ਪ੍ਰਬੰਧ ਕਰਾ ਕੇ ਦਿੰਦੇ ਹੁੰਦੇ ਸੀਗੇ ਜੀ। ਇਹਨੂੰ ਅਸੀਂ ਗੁਪਤ 'ਚ ਰੱਖੀਏ ਤਾਂ ਵਧੀਆ ਹੈ ਜੀ, ਕਿਉਂਕਿ ਕਈ ਵਾਰ ਬੰਦੇ ਇਸ ਤਰ੍ਹਾਂ ਹੋ ਜਾਂਦੇ ਆ। ਨਹੀਂ ਜੀ, ਅਤੇ ਪਿੰਡ ਸਾਰਾ ਹੀ ਮਤਲਬ ਮਿਲ ਕੇ ਸਾਥ ਦਿੱਤਾ ਹੈ, ਜਿਹੜੀ ਗੱਲ ਹੈ ਕੁਛ ਬੰਦਿਆਂ ਨੇ ਸਾਨੂੰ ਖਰਾਬ ਵੀ ਕੀਤਾ, ਮੁਸ਼ਕਿਲਾਂ ਆਈਆਂ ਸਾਡੇ ਨਾਲ, ਅਸੀਂ ਉਹਨਾਂ ਦਾ ਪ੍ਰਵਾਹ ਕੀਤੇ ਬਗੈਰ ਆਪਣੇ ਕੰਮ ਦੇ ਵਿੱਚ ਮਸ਼ਗੂਲ ਰਹੇ ਜੀ। ਵੈਸੇ ਤਾਂ ਵੀਰ ਜੀ ਜਿੱਦਾਂ ਤੁਸੀਂ ਦੇਖਦੇ ਹੋ ਆਮ ਅੱਜ ਕੱਲ੍ਹ ਜਿਸ ਤਰ੍ਹਾਂ ਦਾ ਮਾਹੌਲ ਹੈ, ਹਾਂਜੀ, ਅੱਜ ਕੱਲ੍ਹ ਮਾਹੌਲ ਇਸ ਤਰ੍ਹਾਂ ਦਾ ਬਣਿਆ ਵੀ ਲੈਣ ਦਾ ਹੀ ਬਣਿਆ, ਕੋਈ ਕਿਸੇ ਨੂੰ ਦੇ ਕੇ ਨਹੀਂ ਇੱਦਾਂ ਰਾਜ਼ੀ ਹੈਗਾ ਅਤੇ ਨਾ ਕੋਈ ਕਿਸੇ ਦੇ ਵਿੱਚ ਭਾਵਨਾ ਇੱਦਾਂ ਹੁੰਦੀ ਹੈ। ਅਤੇ ਤੁਹਾਡਾ ਇਹ ਜਿੱਦਾਂ ਮਨ ਦਾ ਸ਼ੌਂਕ ਸੀ, ਕੋਈ ਚੰਗਾ ਕਰਨ ਦੀ ਇੱਛਾ ਸੀ, ਪਰ ਜਿਵੇਂ ਤੁਸੀਂ ਦੱਸਦੇ ਜੇ ਦਿੱਕਤਾਂ ਵੀ ਆਈਆਂ, ਅਤੇ ਫਿਰ ਉੱਥੇ ਆ ਕੇ ਕਿਤੇ ਨਾ ਕਿਤੇ ਮਨ ਇਹ ਨਹੀਂ ਕੀਤਾ ਵੀ ਯਾਰ ਅਸੀਂ ਵੀ ਇਸ ਗੱਲ ਤੋਂ ਕੀ ਲੈਣਾ ਵੀ ਮਤਲਬ? ਨਹੀਂ, ਕਈ ਵਾਰ ਵਿੱਚੋਂ ਮਨ 'ਚ ਤਾਂ ਦੁਖੀ ਬਹੁਤ ਹੁੰਦਾ ਸੀਗਾ ਵੀ ਕਿ ਇੰਨੀਆਂ ਦਿੱਕਤਾਂ ਇੰਨੀਆਂ ਮੁਸ਼ਕਿਲਾਂ ਆ ਰਿਹਾ ਹੈ ਜੀ, ਕਈ ਟਾਈਮ ਰੋਟੀ ਵੀ ਖਾਣ ਨੂੰ ਨਸੀਬ ਨਹੀਂ ਹੁੰਦਾ, ਬੱਚੇ ਵੀ ਉਦੋਂ 30-35 ਬੱਚੇ ਮੇਰੇ ਕੋਲ ਸੀਗਾ, ਫੈਮਿਲੀ ਮੇਰੇ ਨਾਲ ਸੀਗੇ, ਬੱਚੇ ਮੇਰੇ ਨਾਲ ਸੀਗੇ ਜੀ, ਅਤੇ ਕਿਸੇ ਉਸ ਟਾਈਮ 'ਚ ਕਿਸੇ ਨਾਲ ਕੋਈ ਤਾਲੁਕ ਵੀ ਨਹੀਂ ਸੀ ਜ਼ਿਆਦਾ ਜੀ, ਨਾ ਕਿਸੇ ਨਾਲ ਕੋਈ ਜਾਣ ਪਛਾਣ ਜਿਹਾ ਵੀ ਕਿਸੇ ਤੋਂ ਸਵਾਲ ਕਰ ਸਕੀਏ ਜੀ, ਦਿੱਕਤਾਂ ਤਾਂ ਬਹੁਤ ਮੁਸ਼ਕਿਲਾਂ ਆਈਆਂ ਨੇ, ਪਰ ਉਹਨੂੰ ਸਬਰ ਨਾਲ ਮੈਂ ਗੁਜ਼ਾਰਿਆ ਜੀ, ਸਬਰ ਕੀਤਾ ਮੈਂ।
चलो असी अज जिमें आए हैं असी इन्हों सरपंच साहब सरदार मेजर सिंह होर की बदौलत इन्होंने तुहाडे सन्मुख किया भी एहसान मानते हैं। हाँ बिल्कुल जी, इन्हों का जरा ये परिवार जरा बहुत ही वधिया परिवार ने जी। इन्हों के बड़े भरा सबका सरपंच अपने श्री बोर सिंह साहब जी सुरगवार ने सुरगवास ने इस टाइम परमात्मा उन्होंने रूह में शांति बख्शे, उन्होंने बहुत योगदान दिता, बहुत हौसला भी दिता उन्होंने इस परिवार ने, इस परिवार ने बहुत साथ दिता मेरा और अज तक साथ देंदे आ रहे हैं। इन्होंने आपके मैंबर आपके घर परिवार वांगू समझिया मैं। तो मौलाना जी थोड़ा सानू दस्सो, अजे भी आज तक भी हाँ जी आ मेजर साहब है जी जी, ये अजे भी कहते हैं कि जिन्ना चिर मैं हैगा ना जी तुहानू किसी गल की कोई तकलीफ होंदा तुसीं मैनू दस्सो। नहीं जी इन्हां दा बहुत बड़ा एहसान है साडे सहयोग हुंदा है जी। तो मैं पूछना चाहवांगा जिहड़े तुसीं बच्चों नूं तलीम देंदे हो इत्थे अपना बेसहारा दा, तो ये मतलब कोई खर्चा पानी भी इन्हां दा तुसीं रखिया है जां फ्री दे विच मतलब तुसीं इस तरह है जी? जिहड़े बच्चे पढ़ते हैं साडे कोल जी ये गरीब रेखा के बच्चे ने जी, जिन्हें माँ प्यो को इन्नी हैसियत नहीं हैगी कि वो बड़े बड़े कॉन्वेंट स्कूल कॉलेज यूनिवर्सिटी या किसी बड़े इदारे से फीस दे के पढ़ा सकन। इस करके मैं ये संस्था चलाई, ये इदारा चलाया कि जिंदे विच गरीब तो गरीब बच्चे भी आप भी पढ़ाई लिखाई मुफ्त कर सकन, उन्होंने खाण पीन का रहन सहन का कपड़े लीड़े का इतों तक कि इलाज वलाज का भी असं प्रबंध करते हैं खुद, किसी बच्चे के माँ प्यो को कोई खर्चा नहीं लेने। मतलब फ्री ऑफ कॉस्ट कह सकते हो? फ्री ऑफ कोर्स है मेरे को जी जी। तो ये फिर अक्सर तो मौलाना जी जिदा ये मेरा बचपन का विचार सीगा खर्चा नहीं, बहुत वधिया गल है जी। देखो नेक दिल इंसान जिहड़े ने कुछ करन दी इच्छा रखदे ने ते मन विच ये चीज़ तुहाडे आई परमात्मा ऑटोमैटिकली फिर उहनूं अगे दिंदा जी, बल भी बख्शदा है। तो वैसे खर्चा पानी जिदा हुंदा ही है जी, फिर भी अक्सर इहदा फिर प्रबंध तुसीं किद्दां करदे हो? असीं इस तरह कुछ तो आपां ग्राही करदे हां, जिवें कहिंदे चंदा करके जी, अपने मुस्लिम भाईचारे से भी चंदा करते हैं जी। हूँ जी भी जिस किसी बंदे नूं लगता भी कि आ गल इत्थे सही है जी, बच्चे पढ़ रहे ने जी, तो इन्हां वास्ते कुछ करना चाहिए जी, तो कुछ सिख भाईचारे दे मेरे हैगे साथी वो भी इमदाद करते हैं, कुछ होर भी मेरे रिलेशन दे हैगे दोस्त यार वो अगे तो अगे कहिंदे आ लोकां नूं, वो भी मतलब अपने हैसियत के मुताबिक इमदाद करते ने। इस तरह मतलब कुल गल ये है भी कि चंदे दे डोनेशन के तौर पर काम चल रहा, कुछ अपना मतलब छोटा जहा बिजनेस हैगा, मेरी आपकी इच्छा सीगा कि जे का जे ना भी गराई होवे ना तो मैं आपकी बिजनेस के तरीके जरिए इस मदरसे इस इदारे नूं खर्चा चला सकी, तो वो मैं साइड से आपका बिजनेस भी रखे हुआ। ये जिहड़ा तुसीं ये मतलब नेक काम कर रहे हो इन्ना मतलब बच्चों का भी जिदा कह लो भी पढ़ाई लिखाई का है, तुसीं आप भी मशक्कत चल रहे हो, एक मन का जिदा सुकून है तुसीं इस चीज़ को प्राप्त किया आ, चलो कर भी रहे हो, ये पिछे की मतलब तुहाडा मकसद है तुहाडे जिदा बच्चे अगे जाके तुहानू की लगता है भी ये चंगा कर पाउणगे इसलिए तुसीं कर रहे हो? मेरा तो देखो जी विचार ये है सर कि मैं एक वधिया समाज सेवक ते अपने देश विच जो इस टाइम हालात ते सिचुएशन बनया होया है इन्दे विच बच्चे पढ़ के जानगे इंडिया दी डेमोक्रेसी आपदे कॉन्स्टिट्यूशन दे मुताबिक इस देश दी इस समाज दी एक खिदमतगार एक सेवादार बन के जावे, पढ़ लिख के जान ते बच्चे वधिया सोच लेके जान ते अगे अपने समाज दे विच जिहड़ा बिगाड़ है उहदे विच सुधार करन दी कोशिश करे। ये बच्चे अक्सर विच वेखण आउंदा जिवें छोटे बच्चे होंदे ने लड़ाई झगड़ा भी हो जाता है, मतलब कई बार बच्चे खिज भी जाते हैं, मतलब कई तरह दीआं गल्लां होंदीआं ने, जिवें मापे तो हैंडल कर लेंदे उस चीज़ नूं है ना, तो तुहानूं फिर किन्नी कु मुश्किल आउंदी है? किन्नी कु मुश्किल आउंदी है? बहुत मुश्किल आउंदीआं ने साडे कोल भी, बच्चे आई करदे जिवें कि घरां च आपदे एक जगह बच्चे रहिंदे आ जी, एक माँ दे जिवें एक माँ प्यो दे पंज बच्चे ने जी, ते तीन बच्चे ने आपस में जिवें लड़दे आ एक दूजे नाल कुटमार करदे आ, इस तरह इत्थे भी करदे आ जी, बट जदों करदे आ तो उदों बाद उहनां चों वी कोई आ के शिकायत करदा सानूं कि भी ये लड़िया है जी, ते फिर असीं उहनूं बुलाउने आ, पहले प्यार नाल समझा के उहनूं भेज दिंदे आ, जे नहीं समझदा फिर उहनूं दम उन्होंने डराने भी हैं, जिन्ना समझा तो फिर उन्होंने मतलब एक थप्पड़ भी मारने के चल भी अगे तो इस तरह बदमाशी नहीं करना है, नहीं करते बच्चे फिर मान जाते हैं। तो जिस तरह तुम पढ़ाई का वीर जी दसिया थोड़ा जहा, मैं चाहवागा अपने दर्शकों सज्जनों पता लगे भी तुम कि तलीम हासिल की थोड़ा पता इस बारे भी चानना पाओ।
ਇਹਦੇ ਬਾਰੇ ਥੋੜ੍ਹਾ ਦੱਸੋ ਵੀ ਪੜ੍ਹਾਈ ਕੀ ਕੀਤੀ ਹੈ ਜੀ। ਮੈਂ ਨਾ ਜੀ ਉਰਦੂ ਅਤੇ ਫਾਰਸੀ ਅਤੇ ਅਰਬੀ ਜੀ ਇਹਨਾਂ 'ਚੋਂ ਮੈਂ ਬੀ ਏ ਕੀਤਾ ਆ। ਔਰ ਜਿਹੜਾ ਹਿੰਦੀ ਇੰਗਲਿਸ਼ ਹੈਗਾ ਇਹਦੇ ਵਿੱਚ ਹੀ ਹੈ ਜੀ। ਅਤੇ ਆਲਮੀਅਤ ਦਾ ਕੋਰਸ ਕੀਤਾ ਮੈਂ। ਆਲਮੀਅਤ ਜਿਵੇਂ ਕਿ ਮੰਨ ਲਓ ਆਪਣੇ ਇੱਕ LLB ਹੁੰਦਾ ਹੈ ਜੀ, ਵਕਾਲਤ ਦੀ ਕੋਰਸ ਹੁੰਦੀ ਹੈ, ਇਸੇ ਤਰ੍ਹਾਂ ਮੌਲਵੀਅਤ ਦਾ ਕੋਰਸ ਹੁੰਦਾ, ਆਲਿਮ ਦਾ ਕੋਰਸ ਹੁੰਦਾ ਜੀ, ਜਿਹਦੇ ਵਿੱਚ ਹਰ ਤਰ੍ਹਾਂ ਦੀ ਪੜ੍ਹਾਈ ਆ ਜਾਂਦੀ ਵਿੱਚ ਜੀ। ਅਤੇ ਮੈਂ LLB ਕੀਤਾ ਇੱਕ ਤਰੀਕੇ ਨਾਲ, ਮੈਂ ਸਮਝ ਲਓ ਮੌਲਵੀਅਤ ਦਾ ਕੋਰਸ ਕੀਤਾ ਹੈ ਜਿਹਦੇ ਵਿੱਚ ਉਰਦੂ ਫਾਰਸੀ ਅਰਬੀ ਹਿੰਦੀ ਇੰਗਲਿਸ਼ 5 ਭਾਸ਼ਾ ਆ ਗਿਆ ਵਿੱਚ ਜੀ। ਅਤੇ ਵੀਰ ਜੀ ਮੈਨੂੰ ਤੁਸੀਂ ਆਪਦੇ ਪਰਿਵਾਰ ਬਾਰੇ ਥੋੜ੍ਹਾ ਦੱਸੋਗੇ, ਤੁਸੀਂ ਸ਼ਾਦੀਸ਼ੁਦਾ ਹੋ ਜਾਂ ਮਤਲਬ ਇਹ ਸਾਰੀ ਸੇਵਾ ਇਹਨਾਂ ਬੱਚਿਆਂ ਨੂੰ ਜ਼ਿੰਦਗੀ ਸਮਰਪਿਤ ਕੀਤੀ ਆ, ਥੋੜ੍ਹਾ ਜਿਹਾ ਉਹਦੇ ਬਾਰੇ ਵੀ ਹੈ ਤਾਂ ਨਿੱਜੀ ਸਵਾਲ ਹੈ, ਚਲੋ ਫਿਰ ਵੀ ਜਿੰਨਾ ਕੁ ਤੁਹਾਨੂੰ ਜਾਇਜ਼ ਲੱਗਦਾ। ਅਸੀਂ ਇਸ ਤਰ੍ਹਾਂ ਹੈ, ਜਦੋਂ ਦਾ ਅਸੀਂ ਇਸ ਅਦਾਰੇ ਨੂੰ ਕਾਇਮ ਕੀਤਾ ਹੈ ਉਸ ਪਰਮਾਤਮਾ ਖੁਦਾ ਤਾਲਾ ਦੇ ਹੁਕਮ ਨਾਲ, ਹਾਂਜੀ, ਉਸ ਟਾਈਮ ਤੋਂ ਲੈ ਕੇ ਅੱਜ ਤੱਕ ਮੈਂ ਅਤੇ ਮੇਰੀ ਫੈਮਿਲੀ ਜੀ, ਮੇਰੇ ਬੱਚੇ ਜੀ ਆਪ ਸੇਵਾ ਕਰਦੇ ਪਏ ਆ ਜੀ। ਨਾਲ ਬੱਚੇ ਵੱਡੇ ਜਿਹੜੇ ਹੁੰਦੇ ਆ ਉਹਨਾਂ ਨੂੰ ਲਾ ਲੈਂਦੇ ਆ ਜੀ, ਅਤੇ ਆਪ ਵਿਚਾਰੀ ਦਿਨ ਰਾਤ ਲੱਗੀ ਰਹਿੰਦੀ ਹੈ ਸੇਵਾ, ਖਾਣਾ ਪੀਣਾ ਬੱਚਿਆਂ ਦਾ ਬਣਾਉਣਾ, ਇਹਨਾਂ ਦਾ ਸਾਫ਼ ਸਫਾਈ ਦਾ ਖਿਆਲ ਰੱਖਣਾ, ਠੀਕ ਹੈ। ਜਿਹੜੇ ਛੋਟੇ ਬੱਚੇ ਹੁਣ ਹੈਗੇ ਆ ਜਿਹੜੇ ਕਿ 5-7 ਸਾਲ ਦਾ ਬੱਚਾ ਹੈ ਜੀ, ਉਹਨਾਂ ਦਾ ਸਾਂਭ ਸੰਭਾਲ ਸਾਡੀ ਫੈਮਿਲੀ ਕਰਦੀ ਹੈ। ਨਹੀਂ ਬਹੁਤ ਵਧੀਆ ਗੱਲ ਹੈ ਜੀ, ਅਤੇ ਇੱਕ ਬਹੁਤ ਵੱਡੀ ਰੋਟੀ ਵੀ ਬਣਾਉਂਦੀ ਹੈ, ਸਮਾਜ ਨੂੰ ਬਹੁਤ ਵੱਡੀ ਦੇਣ ਆ, ਇੱਕ ਬੱਚਾ ਤਾਂ ਅਜੇ ਇੱਕ ਸਾਂਭਣਾ ਬਹੁਤ ਮੁਸ਼ਕਿਲ ਹੈ ਜੀ। ਬਿਲਕੁਲ ਜੀ, ਅਤੇ ਬਹੁਤ ਵੱਡਾ ਤੁਸੀਂ ਵਧੀਆ ਕਾਰਜ ਕਰ ਰਹੇ ਹੋ, ਸਲਾਮ ਹੈ ਤੁਹਾਡੇ ਇਸ ਉਪਰਾਲੇ ਨੂੰ। ਅਤੇ ਜਦੋਂ ਮੈਂ ਇਹ ਥੋੜ੍ਹਾ ਜਿਹਾ ਪੁੱਛਣਾ ਚਾਹਾਂਗਾ, ਜਦੋਂ ਇਹ ਬੜਾ ਇੱਕ ਅਸੀਂ ਬਹੁਤ ਛੋਟੇ ਹੁੰਦੇ ਸੀ ਜਦੋਂ ਇਹ ਅਸੀਂ ਇੱਥੇ ਇੱਕ ਵਾਰ ਦੋ ਵਾਰ ਲੰਘੇ ਦੇਖਿਆ ਮਸੀਤ, ਮਤਲਬ ਬਹੁਤ ਹੀ ਇੱਕ ਖੰਡਰ ਰੂਪ ਸੀ ਪਾਸੇ ਖਸਤਾ ਹਾਲ ਸੀ ਬਹੁਤ ਜ਼ਿਆਦਾ। ਅਤੇ ਜਦੋਂ ਤੁਸੀਂ ਆਏ ਤੁਹਾਨੂੰ ਮਤਲਬ ਇਹ ਤਾਂ ਬੜੀ ਮੁਸ਼ਕਿਲ, ਹੁਣ ਤੁਸੀਂ ਬਹੁਤ ਦੇਖੋ ਕਿੰਨੀ ਸੁੰਦਰ ਬਿਲਡਿੰਗ ਇਹਦੀ ਤਿਆਰ ਕੀਤੀ ਆ ਤੁਹਾਡੇ ਸਾਹਮਣੇ ਆ, ਹਾਂਜੀ, ਅਤੇ ਇਹ ਮਤਲਬ ਕਿੰਨੀਆਂ ਕੁ ਮੁਸ਼ਕਲਾਂ ਆਈਆਂ ਉਹ ਥੋੜ੍ਹਾ ਜਿਹਾ ਸਾਨੂੰ ਦੱਸੋ ਵੀ ਉਹਦਾ ਕਿੰਨਾ ਕੁ ਪਿੰਡ ਵਾਲੇ ਤਾਂ ਚਲੋ ਸਾਥ ਦਿੱਤਾ ਆ, ਅਤੇ ਕਿਸ ਤਰ੍ਹਾਂ ਇਹਨੂੰ ਮੇਨਟੇਨ ਕੀਤਾ? ਪਿੰਡ ਵਾਲੇ ਦਾ ਵੀ ਸਾਥ ਐਵੇਂ ਹੈ ਕਿ ਪਿੰਡ ਵਾਲੇ ਨੂੰ ਨਾ ਛੱਡ ਨਹੀਂ ਸਕਦੇ, ਕਿਉਂਕਿ ਪਿੰਡ ਵਾਲੇ ਨੇ ਵੀ ਸ਼ੁਰੂ ਤੋਂ ਲੈ ਕੇ ਅੱਜ ਤੱਕ ਸਾਥ ਹੀ ਦਿੱਤਾ ਹੈ, ਮਾਤਾ ਜੀ ਜੀ ਜੀ, ਭਾਵੇਂ ਜਿਵੇਂ ਵੀ ਦਿੱਤਾ ਹੋਵੇ ਜਿਸ ਤਰੀਕੇ ਨਾਲ ਵੀ ਦਿੱਤਾ ਹੋਵੇ ਜੀ, ਪਰ ਸਾਥ ਦਿੱਤਾ ਹੈ ਜੀ। ਜਿਹੜਾ ਮੈਂ ਆਪਦੀ ਕੋਸ਼ਿਸ਼ ਮਿਹਨਤ ਜਿਹੜਾ ਹੈਗਾ ਉਹ ਰੈਗੂਲਰ ਮੈਂ ਜਾਰੀ ਰੱਖਿਆ, ਕਦੀ ਮੈਂ ਬੈਠਿਆ ਨਹੀਂਗਾ ਥੱਕ ਕੇ, ਮੈਂ ਬਹਿ ਜੂੰਗਾ ਵੀ ਕੰਮ ਹੋ ਜੂਗਾ, ਇਸ ਤਰ੍ਹਾਂ ਨਹੀਂ। ਮੇਰਾ ਸ਼ੁਰੂ ਤੋਂ ਇਹ ਵਿਚਾਰ ਸੀਗਾ ਵੀ ਕਿ ਇਹਨੂੰ ਚਮਕਾਉਣਾ ਹੈ, ਇਹਨੂੰ ਬਣਾਉਣਾ ਹੈ ਕਿਸੇ ਤਰੀਕੇ ਨਾਲ, ਭਾਵੇਂ ਧੁੱਪ ਹੋ, ਗਰਮੀ ਹੋ, ਸਰਦੀ ਹੋ, ਮੈਂ ਬਾਹਰ ਨਿਕਲ ਜਾਂਦਾ ਹੁੰਦਾ ਸੀਗਾ ਕਿਉਂਕਿ ਮੈਂ ਇਕੱਲਾ ਸੀਗਾ ਉਦੋਂ, ਸਾਰੇ ਇੱਥੇ ਬੱਚੇ ਜਿੰਨੇ ਵੀ ਹੈਗੇ ਸੀਗੇ ਉਹਨਾਂ ਦਾ ਖਾਣ ਪੀਣ ਦਾ ਪ੍ਰਬੰਧ ਕਰਨ ਲਈ, ਉਹਨਾਂ ਦਾ ਹਰ ਚੀਜ਼ ਦਾ ਪ੍ਰਬੰਧ ਕਰਨਾ ਮੇਰੇ ਜਿੰਮੇ ਹੈਗਾ ਸੀਗਾ, ਔਰ ਕੋਈ ਦੂਜਾ ਨਹੀਂ ਸੀਗਾ। ਅੱਜ ਵੀ ਐਂ ਹੀ ਹੈ, ਅੱਜ ਵੀ ਮੇਰੇ ਜਿੰਮੇ ਹੀ ਹੈ ਸਾਰਾ ਜ਼ਿੰਮੇਵਾਰੀ ਉਸ ਹੁਕਮ, ਅੱਲਾਹ ਤਾਲਾ ਦੇ ਹੁਕਮ ਨਾਲ, ਅਤੇ ਸਾਰੀ ਜ਼ਿੰਮੇਵਾਰੀ ਅੱਜ ਵੀ ਮੈਂ ਹੀ ਨਿਭਾ ਰਿਹਾ। ਇਸ ਮਸਜਿਦ ਦੇ ਵਿੱਚ ਮੁਰੰਮਤ ਦਾ ਕੰਮ ਲਈ ਸਾਡੇ ਜਿਹੜੀ ਪੰਜਾਬ ਵਕਫ ਬੋਰਡ ਹੈਗੀ ਸੰਸਥਾ ਜੀ, ਉਹਨਾਂ ਵੱਲੋਂ ਵੀ ਕੁਛ ਪੈਸੇ ਮਿਲੇ ਸੀਗੇ ਜੀ, ਕੁਛ ਆਪਦੀ ਮਿਹਨਤ ਭਾਗ ਦੌਰ ਨਾਲ ਕੁਛ ਸਾਡੇ ਮੁਸਲਿਮ ਭਾਈਚਾਰਾ ਨੇ ਮਿਲ ਕਰਕੇ ਮਦਦ ਕੀਤੀ ਹੈ ਜੀ, ਅਤੇ ਜਿਹਦੇ ਜਦੋਂ ਅੱਜ ਦਿਖ ਰਿਹਾ ਹੈ ਚੀਜ਼, ਇਹ ਸਾਰੇ ਦਾ ਸਾਂਝਾ ਹੈ, ਮਤਲਬ ਪੈਸਾ ਲੱਗਿਆ ਹੋਇਆ। ਵੈਸੇ ਤਾਂ ਇਹਦੇ 'ਚ ਕੋਈ ਦੋ ਰਾਵਾਂ ਨਹੀਂ, ਮਤਲਬ ਜਿੱਦਾਂ ਤੁਸੀਂ ਕਹਿ ਰਹੇ ਹੋ ਤੁਹਾਡਾ ਇਸ ਟਾਈਮ ਪੂਰਾ ਜਜ਼ਬਾ ਹੈ ਅਤੇ ਤੁਸੀਂ ਇਹ ਕਾਰਜ ਨੂੰ ਸਿਰੇ ਲਾ ਵੀ ਰਹੇ ਹੋ, ਪਰ ਕਿਤੇ ਨਾ ਕਿਤੇ ਮਤਲਬ ਇੱਦਾਂ ਮਨ ਵਿੱਚ ਨਹੀਂ ਆਉਂਦਾ ਵੀ ਸਾਰਾ ਇਹ ਛੋੜ ਛਾੜ ਕੇ ਯਾਰ ਵੀ ਮਤਲਬ ਉਹ ਜ਼ਿੰਦਗੀ ਵੱਲ ਹੁਣ ਨਹੀਂ ਆ ਰਹੀ ਹੈ? ਅੱਛਾ ਜੀ, ਉਹ ਪਹਿਲੇ ਆ ਰਹੇ, ਅੱਜ ਤੋਂ 2-3 ਸਾਲ ਪਹਿਲੇ ਜੀ ਦਿਲ 'ਚ ਕਈ ਵਾਰੀ ਉਲਝਣ ਪੈਦਾ ਹੁੰਦਾ ਸੀਗਾ ਜੀ, ਕਰਦਾ ਸੀ ਵੀ ਛੱਡ ਕੇ ਚਲੇ ਜਾਈਏ, ਕੀ ਲੈਣਾ ਅਸੀਂ ਇਹਨਾਂ, ਕੁਛ ਕਰਨ ਤੋਂ ਬਾਵਜੂਦ ਵੀ ਕਈ ਮੁਸ਼ਕਿਲਾਂ ਆਉਂਦੀਆਂ ਨੇ, ਕੋਈ ਕਈ ਲੋਕ ਤਾਣੇ ਮੈਨੇ ਵੀ ਮਾਰਨ ਵਾਲੇ ਹੁੰਦੇ ਵਿੱਚੋਂ ਕਿ ਵੀ ਉਹ ਕਈ ਕਹਿ ਦਿੰਦੇ ਵੀ ਪੈਸੇ ਲਿਆਉਂਦਾ ਖਾ ਲੈਂਦਾ ਕੁਛ ਬਣਾਉਂਦਾ ਨਹੀਂਗਾ, ਬਟ ਮੈਨੂੰ ਇਸ ਤਰ੍ਹਾਂ ਦਾ ਅੱਜ ਤੱਕ ਕਿਸੇ ਨੇ, ਸ਼ੁਕਰ ਹੈ ਖੁਦਾ ਦਾ, ਮੈਨੂੰ ਅੱਜ ਤੱਕ ਕਿਸੇ ਵੀ ਇਨਸਾਨ ਨੇ ਇਹ ਨਹੀਂ ਕਿਹਾ ਕਿ ਮੌਲਵੀ ਸਾਹਿਬ ਤੁਸੀਂ ਪੈਸੇ ਲਿਆਉਂਦੇ ਇਕੱਠੇ ਕਰਕੇ ਖਾ ਲੈਂਦੇ ਹੋ ਅਤੇ ਲਾਇਆ ਨਹੀਂ। ਇਹ ਲੋਕਾਂ ਨੂੰ ਦੱਸਿਆ ਵੀ ਕਿ ਵਾਕਈ ਮਸੀਤਾ ਪਿੰਡ ਜਾ ਕੇ ਮੌਲਵੀ ਸਾਹਿਬ ਨੇ ਇੱਕ ਮਸਜਿਦ ਵਿਰਾਨ ਜਗ੍ਹਾ ਨੂੰ, ਇੱਕ ਮਸਜਿਦ ਨੂੰ ਖੁਦਾ ਤਾਲਾ ਦੇ ਘਰ ਨੂੰ ਆਬਾਦ ਕਰਕੇ ਉਹਦੇ 'ਚ ਲਾਇਆ। ਹਾਂਜੀ, ਉਹ ਤਾਂ ਦੇਸੀ ਰਿਹਾ ਹੋਣਾ ਸਾਰਾ, ਆਪਾਂ ਦੇਖ ਹੀ ਰਹੇ। ਅਸੀਂ ਬੇਈਮਾਨੀ ਨਹੀਂ ਕੀਤੀ ਕੌਮ ਨਾਲ, ਨਾ ਕਿਸੇ ਨਾਲ ਕੋਈ ਇਸ ਤਰ੍ਹਾਂ ਦੀ ਕੋਈ ਅਮਾਨ ਅਤੇ ਖਿਆਨਤ ਨਹੀਂ ਕੀਤਾ, ਜਿਉਂ ਜਿਸ ਤਰ੍ਹਾਂ ਜਿੱਧਰੋਂ ਜਿਸ ਤਰ੍ਹਾਂ ਪੈਸੇ ਆਇਆ ਅਸੀਂ ਲਾਉਂਦੇ ਗਏ। ਅਤੇ ਤੁਹਾਡਾ ਜੋ ਕਾਰਜ ਹੈ ਬਹੁਤ ਵਧੀਆ ਤੁਸੀਂ ਕਰ ਰਹੇ ਹੋ, ਅਤੇ ਭਵਿੱਖ ਦੀਆਂ ਕੀ ਯੋਜਨਾਵਾਂ ਨੇ ਅੱਗੇ ਇਸ ਨੂੰ ਵਧਾਉਣ ਦਾ ਜਾਂ ਇਸ ਤਰ੍ਹਾਂ ਅੱਗੇ? ਮੇਰਾ ਵਿਚਾਰ ਹੈ ਕਿ ਜੇ ਮੰਨ ਲਓ ਕਿ ਜੇ ਮੇਰੇ ਕੋਲ ਬਜਟ ਆਉਂਦਾ ਹੈ, ਅਤੇ ਪਹਿਲੀ ਗੱਲ ਤਾਂ ਖਰਚੇ ਬਹੁਤ ਹੈ,
अजकल के हिसाब नाल तुहानूं पता ही है कि खर्चा बहुत है जी। अजकल घर च तो दो बच्चे नहीं पलते अपने जी, तो 25-30 बच्चों नूं पालना तो बड़ी दूर की गल है, ये भी बड़ी हिम्मत की गल होंदी है। चलो परमात्मा खुदा ताला मेरे तो काम ले रहा है, मैं अपने आप को खुशनसीब समझता है, बट ये कि मुश्किल मेरे नाल भी हैगा बहुत, आपके बच्चे भी है मेरे, पर मेरी कोई तनख्वाह नहीं हैगी है। मैं फ्री सेवा कर रहा इस टाइम, आज तो 12 साल तो मैं फ्री सेवा कर रहा बच्चों, मेरी फिर कोई फीस नहीं है, कोई मेरा खर्चा नहीं है, बट जो मेरी आपकी परसनैलिटी कमाई है उनके चो भी मैं मदरसे चला रहा। तो मेरी मैं अपील अप्लाई किया हूँ बोर्ड में भी अप्लाई किया भी कुछ ग्रांट सूँ दिता जाए, कुछ पंजाब सरकार नू भी आप अप्लाई किया कि साढ़े मदरसे के इमारत बनाया ने बच्चे के रिहायश वास्ते, इन्हों क्लासरूम बनाने ने, बाथरूम बनाना है, और भी बहुत सारिया चीज़ा है, चार दीवारी नहीं हैगी है इस टाइम, सारे पासे ओपन है जी। कोई मतलब इनका चार दीवारी नहीं होया है जी। इन्दे लिए मैं कई बार कई बंदियां नू कहा भी हैगा, कई मुलाजमान नू कई अफसरां नू भी दस्या है, और कोशिश भी मेरी हैगी है उन्हां नू कहा भी हैगा वा कि चलो कुछ ना कुछ ग्रांट पंजाब सरकार वालों भी मिल जाए, या साडा जिहड़ा बोर्ड हैगा पंजाब वाका बोर्ड उन्हां वालों मिल जाता, असीं पूरी ईमानदारी नाल इत्थों तक बनाया है, इस तो भी दुगुना तिगुना बनावांगे इंशाल्लाह। चलो मौलाना जी, तुहाडे ये नेक कार्ज नूं तुहाडे जज्बे नूं साडे वल्लों सलाम आ। थैंक यू सर। वाहिगुरु ओ अल्लाह ओ परवरदगार तुहानूं होर भी उद्यम बल बख्शे, तुसीं इस नेक काम नूं होर भी तरक्कियां च लिजाओ, ये साडी दुआ आ। ते तुहाडे नाल मिलके बहुत खुशी होई, वाहिगुरु तुहानूं चढ़दी कला विच बख्शे। सलाम अलैकुम दोस्तों, ये सन नेक दिलो इंसान जिहड़े एक छोटे जिहे पिंड विच रह के एक इन्नी तलीम दे मालक होने के बावजूद अज बच्चों का वो नेक काम कर रहे जो साडियां संस्थावां नूं करना चाहिए जां सरकारां नूं करना चाहिए। तो साढ़े इस वीर नूं मिलण दा इहो मकसद सी कि यह समाज में विखाया जाए भी जिथे इन्नी करप्शन आ, इन्ना बुराइया ने, उत्थे नेक दे इंसान जो चंगा करना चाहते हैं वह भी बैठे हुए हैं। चलो इत्थे कोई गल सिख धर्म की जां मुस्लिम धर्म की नहीं, गल तो एक किसी नूं समर्पित होने की आ। तो असी इन्हां दे इस जज्बे नूं, इस उपराले नूं, इस सारा जो है आपदा समेत परिवार बच्चों समर्पित किए उस चीज़ में सलाम करते हैं, साडा चैनल इन्हां नूं सलाम करता है। तो असी अरदास करते हैं वाहिगुरु सच्चे पातशाह इन्हां नूं होर भी बल बख्शे, होर भी अगे बुलंदियों च जाण ते नेक कार्ज करने विच इन्हां नूं बल मिले, इहो साडी दुआ है दोस्तों। इस तरह ही असी आपां अगले किसी होर एपीसोड विच किसी नेक दिल इंसान जां किसी भी परसन जां कोई चंगी चंगी चीज़ लैके हाजिर होवांगे। तद तक लई सानूं इजाजत दिओ, सत श्री अकाल। Yeah.